ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਭਾਜਪਾ ਜ਼ਿਲ੍ਹਾ ਜਲੰਧਰ ਦੇਹਾਤੀ ਵੱਲੋਂ ਗਰਾਇਆਂ ਵਿਖੇ ਜ਼ਿਲ੍ਹਾ ਚੋਣ ਸੰਗਠਨ ਸੰਬੰਧੀ ਲਗਾਈ ਗਈ ਵਰਕਸ਼ਾਪ। ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਜਲੰਧਰ ਦੇਹਾਤੀ ਵੱਲੋਂ ਗਰਾਇਆਂ ਵਿਖੇ ਜ਼ਿਲ੍ਹਾ ਚੋਣ ਸੰਗਠਨ ਸੰਬੰਧੀ ਬੈਠਕ ਬੁਲਾਈ ਗਈ, ਜਿਸ ਵਿੱਚ ਬੀਜੇਪੀ ਪੰਜਾਬ ਦੇ ਜਨਰਲ ਸਕੱਤਰ ਰਾਕੇਸ਼ ਰਾਠੌਰ ਮੁੱਖ ਮਹਿਮਾਨ ਵਜੋਂ ਪੁੱਜੇ। ਉਹਨਾਂ ਨੇ ਬੀਜੇਪੀ ਆਗੂਆਂ ਨੂੰ ਪਾਰਟੀ ਦੀ ਮਜ਼ਬੂਤੀ ਲਈ ਜ਼ਿਲ੍ਹਾ ਬੂਥ ਅਤੇ ਮੰਡਲ ਪੱਧਰ ਤੇ ਹੋਣ ਵਾਲੀਆਂ ਚੋਣਾਂ ਸੰਬੰਧੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਬੋਲਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇਸ਼ ਦੀ ਅਜਿਹੀ ਪਾਰਟੀ ਹੈ ਜਿਸ ਵਿੱਚ ਲੋਕਤੰਤਰ ਤਰੀਕੇ ਨਾਲ ਕੰਮ ਕਰਨ ਵਾਲੇ ਆਗੂਆਂ ਨੂੰ ਅਹੁਦੇ ਦਿੱਤੇ ਜਾਂਦੇ ਹਨ। ਪਾਰਟੀ ਨੂੰ ਹੋਰ ਮਜ਼ਬੂਤੀ ਉਸ ਵਕਤ ਮਿਲੀ ਜਦੋਂ ਜ਼ਿਲ੍ਹੇ ਦੇ ਨਾਮਵਰ ਆਗੂਆਂ ਨੇ ਆਪਣੀਆਂ ਆਪਣੀਆਂ ਪਾਰਟੀਆਂ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋਣ ਦਾ ਨਿਰਣਾ ਲਿਆ ਅਤੇ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਮੈਂਬਰਾਂ ਦਾ ਰਾਕੇਸ਼ ਰਾਠੌਰ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਬੀਜੇਪੀ ਪ੍ਰਧਾਨ ਅਮਰਜੀਤ ਅਮਰੀ, ਵਰਿੰਦਰ ਜੋਸ਼ੀ ਜਨਰਲ ਸੈਕਟਰੀ, ਪ੍ਰਧਾਨ ਅਸ਼ੋਕ ਭਾਰਦਵਾਜ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਗੋਪਾਲ ਕ੍ਰਿਸ਼ਨ, ਸੀਨੀਅਰ ਬੀਜੇਪੀ ਲੀਡਰ ਪੰਕਜ ਭਾਰਦਵਾਜ, ਹਲਕਾ ਇੰਚਾਰਜ ਸੁਰਿੰਦਰ ਕਾਲੀਆ, ਜਨਰਲ ਸੈਕਟਰੀ ਵਿਪਨ ਪਾਲ, ਜੀਵਨ ਕੁਮਾਰ, ਮਦਨ ਲਾਲ, ਓਮ ਪ੍ਰਕਾਸ਼ ਗੁਪਤਾ, ਰਾਜੇਸ਼ ਖੋਂਸਲਾ, ਰਜਿੰਦਰ, ਡਾਕਟਰ ਅਸ਼ਵਨੀ ਕੁਮਾਰ, ਦਿਲਬਾਗ ਸਿੰਘ, ਮੋਂਟੀ ਸਹਿਗਲ, ਮਾਸਟਰ ਸਤਪਾਲ ਆਦਿ ਸ਼ਾਮਲ ਸਨ। ਸੰਗਠਨਾਤਮਕ ਚੋਣਾਂ ਲਈ ਸਾਰੇ ਜ਼ਿਲ੍ਹਿਆਂ 'ਚ ਜ਼ਿਲ੍ਹਿਆਂ ਦੇ ਚੋਣ ਅਧਿਕਾਰੀ ਔਰ ਜ਼ਿਲ੍ਹਿਆਂ ਦੇ ਸਹਿ ਚੋਣ ਅਧਿਕਾਰੀ ਨਿਯੁਕਤ ਕੀਤੇ ਗਏ ਨੇ ਔਰ ਉਸ ਤੋਂ ਬਾਅਦ ਜਿਹੜੇ ਬੂਥ ਲੈਵਲ ਦੇ ਚੋਣ ਹੋਣ ਜਾ ਰਹੇ ਨੇ ਉਹਨਾਂ ਦੇ ਵੀ ਅਸੀਂ ਮੰਡਲ ਵਾਈਜ਼ ਚੋਣ ਅਧਿਕਾਰੀ ਉਹ ਮੰਡਲਾਂ ਦੇ ਸਹਿ ਚੋਣ ਅਧਿਕਾਰੀ ਜਿਹੜੇ ਹੈ ਨਿਯੁਕਤ ਕੀਤੇ ਨੇ। ਉਹਨਾਂ ਦੀ ਮੀਟਿੰਗ ਅੱਜ ਸੀ ਔਰ ਉਹਦੇ 'ਚ ਜਿਹੜੀ ਪ੍ਰਕਿਰਿਆ ਹੈ ਇਲੈਕਸ਼ਨ ਦੀ, ਕਿਉਂਕਿ ਭਾਰਤੀ ਜਨਤਾ ਪਾਰਟੀ ਇੱਕ ਲੋਕਤਾਂਤਰਿਕ ਪਾਰਟੀ ਹੈ, ਹਰ ਜਿਹੜਾ ਵਿਅਕਤੀ ਹੈ ਜਿਹੜਾ ਅਧਿਕਾਰੀ ਚੁਣਿਆ ਜਾਂਦਾ ਹੈ ਉਹ 'ਚ ਸਰਵਸੰਮਤੀ ਨਾਲ ਜਾਂ ਇਲੈਕਸ਼ਨ ਦੇ ਦੌਰ ਨਾਲ ਇਹਨੂੰ ਸਾਰਾ ਚੁਣਾਵ ਕੀਤਾ ਜਾਂਦਾ ਹੈ। ਉਹਦੀ ਪ੍ਰਕਿਰਿਆ ਦੇ ਬਾਰੇ ਮੈਨੂੰ ਸਮਝਾਉਣ ਲਈ ਇੱਥੇ ਭੇਜਿਆ ਗਿਆ ਸੀ ਔਰ ਸਾਰੇ ਜਿਹੜੇ ਵੀ ਅਧਿਕਾਰੀ ਇੱਥੇ ਚੁਣਾਵ ਅਧਿਕਾਰੀ ਆਏ ਹਨ ਉਹਨਾਂ ਸਾਰਿਆਂ ਨੂੰ ਜਿਹੜੀ ਚੋਣ ਦੀ ਪ੍ਰਕਿਰਿਆ ਉਹਦੇ ਬਾਰੇ ਦੱਸਿਆ ਗਿਆ ਹੈ। ਆਉਣ ਵਾਲੇ ਦਿਨਾਂ 'ਚ ਅਲੱਗ ਅਲੱਗ ਬੂਥਾਂ ਦੇ ਚੋਣ ਹੋਣੇ ਹੈ ਔਰ ਉਹ ਸਾਰੀ ਜਿਹੜੀ ਜਾਣਕਾਰੀ ਨੂੰ ਜ਼ਿਲ੍ਹਾ ਚੋਣ ਅਧਿਕਾਰੀਆਂ ਤੱਕ ਔਰ ਸਹਿ ਚੋਣ ਅਧਿਕਾਰੀਆਂ ਤੱਕ ਭੇਜਣਾ ਹੈ ਔਰ ਉਸ ਤੋਂ ਬਾਅਦ ਪੰਜਾਬ ਤੱਕ ਪਹੁੰਚਣਾ ਹੈ। ਸੋ ਇਹ ਸਾਰੀ ਪ੍ਰਕਿਰਿਆ ਦੇ ਬਾਰੇ ਚਰਚਾ ਹੋਈ ਹੈ ਔਰ ਜਿਹੜੇ ਜਿਹੜੇ ਉਹਨਾਂ ਦੇ ਸਵਾਲ ਸੀ ਉਹਨਾਂ ਦੇ ਜਵਾਬ ਦਿੱਤੇ ਗਏ ਕਿ ਕਿਸ ਤਰੀਕੇ ਨਾਲ ਇਹ ਪ੍ਰਕਿਰਿਆ ਜਿਹੜੀ ਪੂਰੀ ਕੀਤੀ ਜਾਏਗੀ ਔਰ ਮੇਰਾ ਐਸਾ ਮੰਨਣਾ ਹੈ ਕਿ ਇਹ ਇੱਕੋ ਹੀ ਪਾਰਟੀ ਪੂਰੇ ਦੇਸ਼ ਹੈ ਜਿਸ ਇਸ ਤਰੀਕੇ ਨਾਲ ਲੋਕਤਾਂਤਰਿਕ ਤਰੀਕੇ ਨਾਲ ਚੋਣ ਕਰਵਾਏ ਜਾਂਦੇ ਨੇ ਔਰ ਜਿਹੜਾ ਵਿਅਕਤੀ ਪੰਕਤੀ ਦੇ ਅਖੀਰ 'ਚ ਬੈਠਾ ਹੈ ਉਹਨੂੰ ਵੀ ਜ਼ਿਲ੍ਹੇ ਦਾ, ਪ੍ਰਦੇਸ਼ ਦਾ ਔਰ ਦੇਸ਼ ਦਾ ਅਧਿਆਕਸ਼ ਆ ਉੱਥੇ ਦੇ ਬੜੇ ਅਹੁਦਿਆਂ 'ਤੇ ਪਹੁੰਚਣ ਦਾ ਮੌਕਾ ਮਿਲਦਾ ਹੈ। ਧੰਨਵਾਦ। ਮੈਂ ਜਗਜੀਵਨ ਲਾਲ ਰੋੜਾ, ਮੈਂ ਕਾਂਗਰਸ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਹੈ ਜੀ। ਮੇਨ ਕਾਰਨ ਪ੍ਰਧਾਨ ਮੰਤਰੀ ਮੋਦੀ ਜੀ ਨੇ ਜਿਹੜੀ 370 ਧਾਰਾ ਤੋੜੀ ਆ, ਇਹ 17 ਸਾਲਾਂ ਦਾ ਕੰਮ ਪਿਆ ਸੀਗਾ, ਇਹਨੂੰ ਦੇਖ ਕੇ ਮੈਂ ਬਹੁਤ ਖੁਸ਼ ਹੋਇਆ ਜੀ। ਮੇਰਾ ਨਾਮ ਮੋਂਟੀ ਸਹਿਗਲ ਹੈ, ਮੈਂ ਆਦਮਪੁਰ ਤੋਂ ਬਿਲੋਂਗ ਕਰਦਾ ਔਰ ਅੱਜ ਇੱਥੇ ਬੀਜੇਪੀ ਦੇ ਮੈਂਬਰਸ਼ਿਪ ਡਰਾਈਵ ਦੇ ਵਿੱਚ ਮੈਂ ਇਹਨਾਂ ਨੂੰ ਫੋਰਮਲੀ ਜੁਆਇਨ ਕੀਤਾ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਮੈਂ ਖਾਸ ਤੌਰ 'ਤੇ ਪ੍ਰਧਾਨ ਮੰਤਰੀ ਸਾਡੇ ਸ਼੍ਰੀ ਨਰਿੰਦਰ ਮੋਦੀ ਜੀ ਦੇ ਜਿਹੜੇ ਉੱਦਮ ਹੈਗੇ ਆ ਔਰ ਜਿਹਨਾਂ ਕਰਕੇ ਉਹਨਾਂ ਨੇ ਹਿੰਦੁਸਤਾਨ ਦੀ ਇੱਕ ਜਿਹੜੀ ਛਵੀ ਹੈ ਵਰਲਡ ਲੈਵਲ ਦੇ ਵਿੱਚ ਇੱਕ ਵਧੀਆ ਛਵੀ ਬਣਾ ਕੇ ਪੇਸ਼ ਕੀਤੀ ਹੈ ਔਰ ਜਿਸ ਤਰੀਕੇ ਦੇ ਕੰਮ ਉਹ ਲੋਕਾਂ ਵਾਸਤੇ ਔਰ ਸਮਾਜ ਵਾਸਤੇ ਛੋਟੀ ਗਰੀਬ ਪਰਿਵਾਰਾਂ ਵਾਸਤੇ ਕਰ ਰਹੇ ਨੇ ਉਹਨਾਂ ਚੀਜ਼ਾਂ ਤੋਂ ਮੈਂ ਪ੍ਰਭਾਵਿਤ ਹੋ ਕੇ ਅੱਜ ਬੀਜੇਪੀ ਜੁਆਇਨ ਕੀਤੀ ਹੈ। ਮੈਂ ਪਹਿਲਾਂ 14-15 ਸਾਲ ਕਾਂਗਰਸ ਦੇ ਵਿੱਚ ਵੀ ਕੰਮ ਕੀਤਾ, ਮੈਂ ਯੂਥ ਕਾਂਗਰਸ ਦਾ ਚੰਡੀਗੜ੍ਹ ਦਾ ਪ੍ਰੈਜ਼ੀਡੈਂਟ ਵੀ ਰਿਹਾ 1996-97 ਦੇ ਵਿੱਚ, ਫਿਰ ਮੈਂ ਪੰਜਾਬ ਦਾ ਪ੍ਰਦੇਸ਼ ਮਹਾਂਸਚਿਵ ਰਿਹਾ 2 ਟਰਮ ਦੇ ਵਿੱਚ
ਔਰ 2014 ਦੇ ਵਿੱਚ ਮੈਂ ਬੇਸਿਕਲੀ ਕਾਂਗਰਸ ਛੱਡਤੀ ਸੀ, ਲੇਕਿਨ ਉਸ ਟਾਈਮ ਦੇ ਦੌਰਾਨ ਮੇਰੀ ਜਿਹੜੀ ਵਰਕਿੰਗ ਸੀ ਉਹ ਅਕਾਲੀ ਦਲ ਭਾਜਪਾ ਦੇ ਨਾਲ ਜੁਆਇੰਟਲੀ ਹੁੰਦੀ ਰਹੀ ਹੈ। ਸ਼੍ਰੀ ਪਵਨ ਕੁਮਾਰ ਟੀਨੂ ਜੀ ਨੂੰ ਉਸ ਟਾਈਮ ਪਾਰਟੀ ਨੇ ਟਿਕਟ ਦਿੱਤੀ ਸੀ ਜਲੰਧਰ ਦੀ, ਔਰ ਉਹਨਾਂ ਨੇ ਮੈਨੂੰ ਆਪਣੇ ਘਰੋਂ ਲੈ ਕੇ ਅਤੇ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਪਾਰਟੀ ਵਾਸਤੇ ਕੰਮ ਕਰੋ, ਪਰ ਮੇਰਾ ਮੁੱਦਾ ਉਸ ਟਾਈਮ ਤੋਂ ਲੈ ਕੇ ਹੁਣ ਤੱਕ ਇਹੀ ਸੀ ਵੀ ਮੈਂ ਨਰਿੰਦਰ ਮੋਦੀ ਜੀ ਦੇ ਜਿਹੜੇ ਕੰਮ ਕੀਤੇ ਹੋਏ ਆ ਔਰ ਜਿਹੜੇ ਉਹ ਕਰ ਰਹੇ ਆ ਔਰ ਜਿਹੜੀ ਉਹਨਾਂ ਦੀ ਦਿਸ਼ਾ ਪੰਜਾਬ ਦੇ ਵਾਸਤੇ ਔਰ ਹਿੰਦੁਸਤਾਨ ਵਾਸਤੇ ਬਣੀ ਹੈ, ਉਸ ਤੋਂ ਪ੍ਰਭਾਵਿਤ ਹੋ ਕੇ ਮੈਂ ਪਾਰਟੀ ਜੁਆਇਨ ਕੀਤੀ, ਔਰ ਅੱਜ ਮੈਂ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅੱਜ ਮੈਂ ਭਾਰਤੀ ਜਨਤਾ ਪਾਰਟੀ ਦਾ ਇੱਕ ਐਕਟਿਵ ਮੈਂਬਰ ਹੈਗਾ।